ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ 'ਤੇ ਉਸਦੇ ਵਿੱਚ ਕਮੇਟੀ ਬਣਾਵਾਂਗੀ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ, ਫਿਰ ਸਾਂਝੇ ਤੌਰ 'ਤੇ ਸਾਰਾ ਕੁਛ ਕਰਕੇ ਫਿਰ ਅਸੀਂ ਯੋਗ, ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋਗ ਕੈਂਡੀਡੇਟਸ ਨੂੰ ਮੌਕਾ ਦੇਵਾਂਗੇ। ਅਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ, ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ। ਮੈਂ ਅੰਮ੍ਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ, ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ, ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ, ਵੀ ਅਸੀਂ ਇਹ ਬੁਲਾ ਨਹੀਂ ਸਕਦੇ। ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ 0 ਆਵਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ। ਬਈ ਹੁਣ ਤਾਂ ਉਹ ਨੁਮਾਇੰਦੇ ਹੈ ਨਾ ਲੋਕਾਂ ਦੇ, ਚੁਣੇ ਹੋਏ MP ਹੈ, ਐਟਲੀਸਟ ਉਹਨਾਂ ਨੂੰ ਸੈਸ਼ਨ ਤਾਂ ਅਟੈਂਡ ਕਰਨ ਦਿੱਤਾ ਜਾਵੇ। ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਹਾਂਗੇ। ਜਿਹੜਾ ਰਾਜ ਦੀ ਗੱਲ ਕਰਦੇ ਹਾਂ ਅਸੀਂ, ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਮੈਂ ਖਾਲਸੇ ਰਾਜ ਦੀ ਗੱਲ ਕਰਦਾ। ਬਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਮੈਂ ਉਸ ਰਾਜ ਦੀ ਗੱਲ ਕਰਦਾ, ਉਸ ਰਾਜ ਦਾ ਪੱਖ ਕਰਦਾ। ਖਾਲਿਸਤਾਨ ਦੇ ਬਾਰੇ 'ਚ ਜੀ ਸਾਡੇ ਫਾਦਰ ਸਾਹਿਬ ਮਦਰ ਦੀ ਕੁਰਬਾਨੀ ਹੋ ਗਈ, ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿ ਦਈਏ। ਸਲਿੱਪ ਦੇਣੀ ਪੈਂਦੀ ਹੈ ਬੋਲਣ ਵਾਸਤੇ, ਅਤੇ ਮੈਂ ਉਸ 'ਤੇ ਆਪਣਾ ਨਾਮ ਲਿਖ ਕੇ ਦੇਤਾ, ਅਤੇ ਉਹ ਜਿਹੜੇ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲ, ਕਹਿੰਦੇ ਕਿਸ 'ਤੇ ਬੋਲਣਾ ਹੈ, ਮੁੱਦਾ ਲਿਖੋ। ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹਦੇ ਖਿਲਾਫ ਅਸੀਂ ਕਿੱਦਾਂ ਲੜਾਈ ਲੜਨੀ ਆ, ਕਿੱਦਾਂ ਇਨਸਾਫ ਲੈਣਾ, ਉਹਦੇ ਵਾਸਤੇ ਅਸੀਂ ਜਿਹੜੀ 19 ਤਰੀਕ ਦੀ ਪੰਥਕ ਇਕੱਤਰਤਾ ਰੱਖੀ ਆ, ਅਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ, ਅਤੇ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕਿ ਉਹ ਸਹਿਯੋਗ ਦੇਣ ਔਰ ਉੱਥੇ ਵੱਧ ਤੋਂ ਵੱਧ ਪਹੁੰਚਣ। ਇਹਦੇ 'ਚ ਹੁਣ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ 'ਚ ਵੀ NSA ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਆ, ਅਤੇ ਸਾਨੂੰ ਉਮੀਦ ਆ ਕਿ ਸ਼ਾਇਦ ਜਲਦੀ ਉਹ NSA ਖਤਮ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਅਸੀਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ, ਅਤੇ ਉਹਦੇ ਸੱਦੇ 'ਤੇ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ, ਅਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਦਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ, ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂ ਗੀ। ਇਹ ਹੁਣ ਇਹ ਸਰਬਜੀਤ ਸਿੰਘ ਹੁਣਾਂ ਨਾਲ ਤੁਸੀਂ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਅਤੇ ਉੱਥੇ ਵੀ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਨਹੀਂ ਦਿੱਤਾ ਗਿਆ। ਅਤੇ ਇਸ ਕਰਕੇ ਸਾਡੀ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ, ਅਤੇ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗ੍ਹਾ ਜਗ੍ਹਾ 'ਤੇ ਅਸੀਂ ਜਾ ਰਹੇ ਹਾਂ, ਸਾਰਿਆਂ ਨੂੰ ਆਪਣੇ ਸੰਗਤਾਂ ਨੂੰ ਜੋੜ ਰਹੇ ਹਾਂ। ਅਤੇ 19 ਤਰੀਕ ਨੂੰ ਅਸੀਂ ਜੋ ਪੰਥਕ ਇਕੱਤਰਤਾ ਰੱਖੀ ਆ, ਅਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹਦੇ ਖਿਲਾਫ ਅਸੀਂ ਕਿੱਦਾਂ ਲੜਾਈ ਲੜਨੀ ਆ, ਕਿੱਦਾਂ ਇਨਸਾਫ ਲੈਣਾ, ਉਹਦੇ ਵਾਸਤੇ ਅਸੀਂ ਜਿਹੜੀ 19 ਤਰੀਕ ਦੀ ਪੰਥਕ ਇਕੱਤਰਤਾ ਰੱਖੀ ਆ, ਅਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ, ਅਤੇ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕਿ ਉਹ ਸਹਿਯੋਗ ਦੇਣ ਔਰ ਉੱਥੇ ਵੱਧ ਤੋਂ ਵੱਧ ਪਹੁੰਚਣ। ਇਹ ਪੰਜਾਬ 'ਚ, ਪੂਰੇ ਪੰਜਾਬ 'ਚੋਂ ਆ ਰਹੀ ਜਿਹੜੀ ਸੰਗਤ ਆ ਰਹੀ ਉੱਥੇ ਪਹੁੰਚ ਰਹੀ ਆ, ਬਾਹਰੋਂ ਵੀ ਆ ਰਹੀ? ਨਹੀਂ, ਇਹ ਸਾਡਾ ਮੇਨ ਟਾਰਗੇਟ ਤਾਂ ਇੱਥੇ ਨੇੜੇ ਤੇੜੇ ਤੋਂ ਹੀ ਆ, ਜਿੱਦਾਂ ਲਾਗੋਂ ਹੋਵੇ ਚਾਹੇ ਬਾਹਰੋਂ ਵੀ ਕੁਛ ਆ ਸਕਦੇ ਆ, ਕੋਈ ਖਾਸ ਬੰਦੇ ਤੋਂ ਜ਼ਰੂਰ ਆਉਣ। ਜ਼ਿਆਦਾ ਸਾਡਾ ਜਲੰਧਰ ਦੁਆਬਾ ਜੋ ਨੇੜੇ 100 ਕਿਲੋਮੀਟਰ ਦੇ ਏਰੀਏ ਦੇ ਵਿੱਚੋਂ ਜਿਹੜੇ ਥੋੜ੍ਹੇ ਆਰਾਮ ਨਾਲ ਆ ਸਕਦੇ ਆ, ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ ਐਨਰਜੀ ਜ਼ਿਆਦਾ ਲੱਗਦੀ ਆ, ਉਹ ਤੋਂ ਅਸੀਂ ਸੋਚਦੇ ਹਾਂ ਕਿ ਜਿਹੜੇ ਨੇੜੇ ਤੇੜੇ ਤੋਂ ਜ਼ਿਆਦਾ, ਬਾਕੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਕਿ ਕਿਤੇ ਵੀ ਆ ਸਕਦਾ। ਕਿੰਨੀ ਕੁ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ? ਮੇਰੇ ਖਿਆਲ ਹੈ ਕਿ ਕੋਈ ਇੱਦਾਂ ਦਾ ਤਾਂ ਅਨੁਮਾਨ ਨਹੀਂ, ਫਿਰ ਵੀ ਕਾਫੀ ਮੇਰੇ ਖਿਆਲ ਬਹੁਤ ਸੰਗਤ ਆ ਜਾਣੀ, ਬਹੁਤ ਸੰਗਤ ਜਾ ਸ਼ਾਹ ਅਸੀਂ ਜਿੱਥੇ ਵੀ ਜਾਂਦੇ ਹਾਂ ਬਹੁਤ ਸੰਗਤਾਂ 'ਚ ਬਹੁਤ ਪ੍ਰੇਮ ਆ, ਸੰਗਤ ਬਹੁਤ ਵੱਡੀ ਗਿਣਤੀ 'ਚ ਆਊਗੀ। ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਨੂੰ ਲੈ ਕੇ ਕੋਈ ਅੱਗੇ ਵਧੀ ਕੋਈ ਗੱਲਬਾਤ?
ਹਾਂਜੀ, ਇਹਦੇ 'ਚ ਹੁਣ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ 'ਚ ਵੀ NSA ਦੇ ਖਿਲਾਫ਼ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਆ, ਅਤੇ ਸਾਨੂੰ ਉਮੀਦ ਆ ਕਿ ਸ਼ਾਇਦ ਜਲਦੀ ਉਹ NSA ਖਤਮ ਹੋਊਗੀ ਅਤੇ ਅੰਮ੍ਰਿਤਪਾਲ ਸਿੰਘ ਜੀ ਬਾਹਰ ਆਉਣਗੇ। ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ੍ਹ ਹੈਗੀ ਉੱਥੇ ਲਿਆਂਦਾ ਜਾਵੇ ਡਿਬਰੂਗੜ੍ਹ ਤੋਂ? ਨਹੀਂ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ ਡਿਬਰੂਗੜ੍ਹ ਤੋਂ ਇੱਥੇ ਲਿਆਉਣ ਦੇ ਲਈ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਨਹੀਂ, ਉਹ ਤਾਂ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ, ਅਸੀਂ ਤਾਂ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਮੈਂ ਗੱਲਾਂ ਕਰਦੀਆਂ ਸੀ ਤੇ ਉਹਨਾਂ ਨੂੰ ਦਿੱਲੀ ਲਿਆ ਕੇ ਵੀ ਸ਼ਿਫਟ ਕੀਤਾ ਜਾ ਸਕਦਾ, ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਛ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ, ਤੇ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ 'ਚ ਲੋਕਾਂ ਨੇ ਉਹਨਾਂ ਦੀ ਨੁਮਾਇੰਦਗੀ ਕਰਨ ਦਾ, ਉਹ ਵੀ ਖੋਇਆ ਜਾ ਰਿਹਾ। ਮੈਂ ਵੀ ਉੱਥੇ ਗੱਲ ਕੀਤੀ, ਤੁਸੀਂ ਗਏ ਸੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਥੋੜੇ ਦਿਨ ਪਹਿਲਾਂ, ਕੀ ਗੱਲਬਾਤ ਤੁਹਾਡੇ ਨਾਲ? ਕੀ ਮੈਂ ਜੀ ਉੱਥੇ ਨਾ ਲੈਟਰ ਦਿੱਤਾ ਸੀ, ਉੱਥੇ ਕਹਿੰਦਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ, ਅਤੇ ਮੈਂ ਉਸ 'ਤੇ ਆਪਣਾ ਨਾਮ ਲਿਖ ਕੇ ਦੇਤਾ, ਅਤੇ ਉਹ ਜਿਹੜੇ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲ, ਕਹਿੰਦੇ ਕਿਸ 'ਤੇ ਬੋਲਣਾ ਹੈ, ਮੁੱਦਾ ਲਿਖੋ। ਮੈਂ ਕਿਹਾ ਜੀ ਐਵੇਂ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਹੈ, ਅਤੇ ਮੈਂ 2 ਘੰਟੇ ਬੈਠਾ ਰਿਹਾ, 11:30 ਤੋਂ 1:30 ਵਜੇ ਤੱਕ, ਫਿਰ ਲੰਚ ਟਾਈਮ ਹੋ ਗਿਆ। ਚਲੋ ਮੈਂ ਕਿਹਾ ਵੀ ਕੱਲ੍ਹ ਨੂੰ ਦਊਂਗਾ, ਅਗਲੇ ਦਿਨ ਵੀ ਮੈਂ ਦਿੱਤਾ। ਅਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ, ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ, ਮੈਂ ਅੰਮ੍ਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ, ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ, ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ, ਵੀ ਅਸੀਂ ਇਹ ਬੁਲਾ ਨਹੀਂ ਸਕਦੇ, ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ 0 ਆਵਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ, ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ, ਜਾਂ ਇਸ 'ਤੇ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ। ਨਹੀਂ, ਮੇਰੀ ਮੀਡੀਆ ਉੱਥੇ ਗੱਲ ਹੋਈ ਸੀ, ਪੰਜਾਬ ਭਵਨ ਹੋਈ ਸੀ ਗੱਲ ਮੀਡੀਆ ਨਾਲ, ਅਤੇ ਬਸ ਆਹੀ ਗੱਲ ਹੈ, ਨਹੀਂ ਬੋਲਣ ਦਿੰਦੇ ਨਾ, ਬੋਲਣ ਵੀ ਨਹੀਂ ਦਿੰਦੇ। ਹੁਣ ਐਟਲੀਸਟ ਅਸੀਂ ਇਹ, ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨੁਮਾਇੰਦੇ ਹੈ ਨਾ ਲੋਕਾਂ ਦੇ, ਚੁਣੇ ਹੋਏ MP ਹੈ, ਐਟਲੀਸਟ ਉਹਨਾਂ ਨੂੰ ਸੈਸ਼ਨ ਤਾਂ ਅਟੈਂਡ ਕਰਨ ਦਿੱਤਾ ਜਾਵੇ, ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਹਾਂਗੇ। ਸਰਕਾਰ ਵੱਲੋਂ ਕੋਈ ਸਿੱਧੇ ਤੌਰ ਤੇ ਕਿਸੇ ਸਮਝੌਤੇ ਲਈ ਤਾਂ ਨਹੀਂ ਕੋਈ ਦਬਾਅ ਪਾਇਆ ਜਾ ਰਿਹਾ ਜੀ? ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ, ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ। ਖਾਲਸਾ ਜੀ, ਜਿਵੇਂ ਤੁਸੀਂ ਕਿਹਾ ਉਹਨਾਂ ਦੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ MP ਸ਼ਿਫ ਜਿਹੜੀ ਉਹ ਰੱਦ ਕੀਤੀ ਜਾਵੇ, ਇਹ ਉਹ ਤਾਂ ਕੈਂਸਲ ਹੋ ਗਈ ਜੀ। ਹਾਂ, ਉਹ ਤਾਂ ਬੇਸ ਹੀ ਕੋਈ ਨਹੀਂ ਸੀ ਉਹ ਤਾਂ ਜੀ, ਹੁਣ ਕੋਈ ਬਿਨਾਂ ਵਜ੍ਹਾ ਉੱਠ ਕੇ ਇਹੋ ਜਿਹੀਆਂ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕਿ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਪੇਪਰ ਨੋਮੀਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ 'ਚੋਂ ਲੰਘ ਕੇ ਸਾਰਾ ਕੁਛ ਹੋਇਆ ਉਹਦੇ ਉਹ ਤੋਂ ਬਾਅਦ 'ਚ ਸਾਰਾ ਕੁਛ ਜਿਹੜਾ ਲੋਕਾਂ ਨੇ ਐਡੀ ਵੱਡੀ ਤਾਦਾਦ 'ਚ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੇ ਸਾਰਾ ਕੁਛ ਜੁੜਿਆ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਅਤੇ ਉਹਦੇ 'ਤੇ ਐਵੇਂ ਕੋਈ ਕੁੰਤੂ ਪਰੰਤੂ ਕਰੀ ਜਾਏ ਅਤੇ ਆਪੇ ਅਦਾਲਤਾਂ ਉਹਨਾਂ ਨੂੰ ਜਵਾਬ ਜਿੱਦਾਂ ਅੱਗੇ ਦਿੱਤਾ, ਜੇ ਆਉਣ ਵਾਲੇ ਸਮੇਂ 'ਚ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਤਾਂ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਇਆ ਉਹਦਾ ਜਵਾਬ ਦੇ। ਕੋਈ ਖਾਲਸਾ ਜੀ, ਇੱਕ ਮਿੰਟ, ਕੋਈ ਵੀ ਅੰਮ੍ਰਿਤਪਾਲ ਸਿੰਘ ਗੁਰੂ ਉੱਪਰ ਜੇਕਰ ਉਹਨਾਂ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ, ਭਾਵੇਂ ਉਹ ਸਾਬਕਾ CM ਚਰਨਜੀਤ ਸਿੰਘ ਚੰਨੀ ਹੋਣ ਜਾਂ ਫਿਰ ਕੋਈ ਹੋਰ ਹੋਵੇ, ਤੇ ਉਹਨਾਂ ਦੇ ਖਿਲਾਫ ਕਈ ਜਥੇਬੰਦੀਆਂ ਜਾਂ ਫਿਰ ਕਈ
ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ। ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮ ਖਿਆਲੀ ਲੋਕ ਸੀਗੇ ਜਿਸ ਕਾਰਨ ਉਹਨਾਂ ਨੂੰ ਵੋਟਾਂ ਪਈਆਂ। ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾ ਵੀ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਜਿਤਾ ਕੇ। ਇਸ ਚੀਜ਼ ਨੂੰ ਕਿਵੇਂ ਕੌਣ ਕਹਿੰਦੇ ਪਛਤਾ ਰਹੇ ਨੇ? ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅੰਮ੍ਰਿਤਪਾਲ ਦੇ ਉੱਪਰ ਐਨ ਐਸ ਏ ਲਗਾਈ ਗਈ ਜਦੋਂ ਵੀ, ਉਹਦਾ ਵੀ ਲੋਕਾਂ ਨੇ ਉਸ ਟਾਈਮ 'ਤੇ ਵੀ ਵਿਰੋਧ ਕੀਤਾ। ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜ਼ੋਰਾਂ 'ਤੇ ਸੀ ਅਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ। ਹੁਣ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤਾਂ ਉਹਨਾਂ ਨੇ ਆਪਣੀ ਜਿਹੜੀ ਉਹ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਜਾਂ ਅੰਮ੍ਰਿਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹਨੇ ਪ੍ਰਗਟ ਕੀਤਾ ਉਹਨਾਂ ਨੇ ਸਾਰਿਆਂ ਨੇ। ਉਹਦੇ 'ਚ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਜਿਹੜਾ ਜਿਤਾਇਆ ਅਤੇ ਮੇਰਾ ਖਿਆਲ ਹੈ ਕਿ ਲੋਕਾਂ 'ਚ ਤਾਂ ਅਸੀਂ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ, ਲੋਕ ਅਤੇ ਸਰਕਾਰ ਪਰ ਤਾਂ ਨਿਰਾਸ਼ਤਾ ਕਿ ਤੁਸੀਂ ਅਸੀਂ ਏਡੇ ਵੱਡੀ ਬਹੁਮਤ ਨਾਲ ਜਿਤਾਇਆ ਹੋਇਆ ਅਤੇ ਤੁਸੀਂ ਉਹਨੂੰ ਛੱਡ ਨਹੀਂ ਰਹੇ ਇਹਦੇ 'ਚ ਲੋਕਾਂ ਦਾ ਗੁੱਸਾ ਵੱਧ ਰਿਹਾ ਜੀ ਕਿ ਲੋਕਾਂ ਅਸੀਂ ਏਡੇ ਬਹੁਮਤ ਨਾਲ ਉਹਨੇ ਜਿਤਾਇਆ ਵਾ ਸਾਡੀ ਨੁਮਾਇੰਦਗੀ ਕਰਨ ਵਾਸਤੇ, ਸਾਨੂੰ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਠੱਲ ਪਾ ਸਕਦਾ, ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਨੂੰ ਰੋਕਿਆ ਜਾ ਸਕਦਾ, ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਹੈ ਅਤੇ ਉਹਦੇ ਖਿਲਾਫ਼ ਧਰਨੇ ਪ੍ਰਦਰਸ਼ਨ ਲੱਗਣੇ ਸ਼ੁਰੂ ਹੋ ਜਾਂਦੇ ਨੇ, ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ, ਇਹ ਚੀਜ਼ਾਂ ਤੁਸੀਂ ਕਿੱਥੇ ਤੱਕ ਦੇਖਦੇ ਹੋ? ਇਹ ਜੀ ਇਹ ਤਾਂ ਬੇਇਨਸਾਫ਼ੀ ਹੈ ਨਾ, ਜਿਹੜੇ ਸਾਡੇ ਲੋਕ ਇਨਸਾਫ਼ ਦੇ ਹੱਕ ਸੱਚ ਲਈ ਖੜ੍ਹਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਹ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਉਹਦਾ ਵਿਰੋਧ ਕਰਨਾ ਹੀ ਹੁੰਦਾ। ਕਿਉਂ ਜੇ ਅੰਮ੍ਰਿਤਪਾਲ ਨੇ ਉਹ ਸੱਚ ਦੀ ਗੱਲ ਕੀਤੀ, ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਅਤੇ ਉਹਦੇ ਖਿਲਾਫ਼ ਵੀ ਉਸ ਟਾਈਮ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਅਤੇ ਉਹਨਾਂ ਨੂੰ ਅੰਦਰ ਸੁੱਟਿਆ ਗਿਆ। ਅੱਜ ਤੱਕ ਜਿਹੜਾ ਕਿੰਨੇ ਲੋਕ ਨੌਜਵਾਨ ਉਹ ਨਸ਼ਿਆਂ ਨਾਲ ਮਰ ਰਹੇ ਉਹਨਾਂ 'ਤੇ ਕਿਸ ਤੇ ਐਨ ਐਸ ਏ ਨਹੀਂ ਲੱਗਦੀ, ਕਿਸ 'ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਅਤੇ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਣਨਾ ਚਾਹੀਦਾ। ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤਾਂ ਹੋਣਾ ਹੀ ਹੋਣਾ ਵਾ, ਪਰ ਫਿਰ ਮੇਰਾ ਖਿਆਲ ਹੈ ਕਿ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ। ਖਾਲਸਾ ਜੀ ਪੰਜਾਬ ਸਰਕਾਰ ਕਹਿੰਦੀ ਆ ਵੀ ਸੈਂਟਰ ਸਰਕਾਰ ਦਾ ਸਾਥ ਦਿੱਤਾ, ਸੈਂਟਰ ਸਰਕਾਰ ਕਹਿੰਦੀ ਤੁਸੀਂ ਪੰਜਾਬ ਸਰਕਾਰ ਦਾ ਸਾਥ ਦਿੱਤਾ, ਤੁਸੀਂ ਕਿਹਦਾ ਮੰਨੋਗੇ ਇਹ ਅੰਮ੍ਰਿਤਪਾਲ ਨੂੰ ਅੰਦਰ ਕੰਮ? ਨਹੀਂ ਇਹ ਜੀ ਮੇਰਾ ਖਿਆਲ ਸਾਰੀਆਂ ਦਾ ਹੀ ਮਿਲੀ ਭੁਗਤੀ ਆ। ਇਹ ਇੱਕ ਦੂਜੇ ਨੂੰ ਜਿੱਦਾਂ ਉਹ ਭੁੱਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ, ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ 'ਚ ਆ, ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ 'ਚ ਆ। ਇੱਦਾਂ ਹੀ ਇਹ ਲੋਕਾਂ ਨੂੰ ਥੋੜ੍ਹਾ ਮੂਰਖ ਬਣਾਉਣ ਵਾਸਤੇ ਇਹੋ ਜਿਹੀਆਂ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਵਿੱਚ ਆਵੇ ਤਾਂ ਵੀ ਹੋ ਸਕਦਾ, ਜੇ ਪੰਜਾਬ ਸਰਕਾਰ 'ਚ ਆਵੇ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ। ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ, ਜਦਕਿ ਇਹ ਮੁੱਦਾ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ, ਕੀ ਕਹਿਣਾ ਚਾਹੁੰਦੇ ਨੇ? ਭਾਜੀ ਉਹਨਾਂ ਦੀ ਨਾ ਸਲਿੱਪ ਨਿਕਲੀ ਸੀ 0 ਵਾਰ ਦੀ, ਜਦੋਂ ਉਹਨਾਂ 20 MPs ਦੀ ਡੇਲੀ ਸਲਿੱਪ ਨਿਕਲਦੀ ਹੈ, ਮੈਂ ਤੁਹਾਨੂੰ ਕਹਿਣਾ 0 ਵਾਰ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ 3 ਜਾਂ 4 ਮਿੰਟ ਮਿਲਦੇ ਆ ਬੋਲਣ ਵਾਸਤੇ, ਉਹ ਬੋਲੇ, ਉਹਨਾਂ ਦੀ 0 ਵਾਰ ਦੇ ਵਿੱਚ ਸਲਿੱਪ ਨਿਕਲੀ ਸੀ। ਉਹ ਤਾਂ ਬਾਅਦ 'ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ 'ਤੇ, ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ, ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਹ ਇਸ ਮੁੱਦੇ 'ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ 0 ਵਾਰ ਦੀ। ਨਹੀਂ ਮਿਲੇ ਜੀ ਸਾਨੂੰ, ਮਿਲੇ ਨਹੀਂ। ਅਸੀਂ ਤਾਂ ਅੰਮ੍ਰਿਤਪਾਲ ਬਾਰੇ ਬਾਈ ਜੀ ਬਾਰੇ ਗੱਲ ਕਰਨੀ ਸੀ, ਰਿਹਾਈ ਬਾਰੇ, ਵੀ ਇਹਨਾਂ ਦੀ NSA ਹਟਾਓ। ਨਹੀਂ ਸਾਨੂੰ ਕਹਿੰਦੇ ਜੀ ਫੇਰ ਦੇਵਾਂਗੇ ਟਾਈਮ, ਅੱਜ ਟਾਈਮ ਨਹੀਂ, ਅੱਜ CM ਦੀ ਮੀਟਿੰਗਾਂ ਚੱਲਦੀਆਂ। ਫਿਰ ਮੁੜ ਕੇ ਨਹੀਂ ਦਿੱਤਾ ਜੀ, ਦੁਬਾਰਾ ਕਹਿੰਦੇ ਸੀ ਮਿਲਾਂਗੇ, ਫਿਰ ਮਿਲੇ ਨਹੀਂ। ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ, ਗ੍ਰਹਿ ਮੰਤਰੀ ਮਿਲਣ ਨੂੰ ਟਾਈਮ ਨਹੀਂ ਦੇ ਰਿਹਾ, ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਸੰਬੰਧ? ਅਗਲਾ ਐਕਸ਼ਨ ਦੇਖਦੇ ਹਾਂ ਜੀ, ਵਿਚਾਰ ਕਰਦੇ ਹਾਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ, ਕਿਵੇਂ ਮਿਲਿਆ ਜਾਵੇ। ਸਾਡਾ ਏਮ ਤਾਂ ਇਹੀ ਹੈ ਜੀ ਵੀ HM ਨੂੰ ਹੀ ਮਿਲਿਆ ਜਾਵੇ ਨਾ,
ਕੋਈ ਨਹੀਂ, ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ, ਫਿਰ ਟਾਈਮ ਤਾਂ ਦੇਣਾ ਹੀ ਪੈਣਾ ਇਹਨਾਂ ਨੂੰ। ਖਾਲਸਾ ਜੀ, ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ, ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ, ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ, ਇਹਦੇ ਬਾਰੇ 'ਚ ਕੀ ਲੱਗਦਾ ਤੁਹਾਨੂੰ? ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਹਾਂ, ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ। ਮੈਂ ਖਾਲਸੇ ਰਾਜ ਦੀ ਗੱਲ ਕਰਦਾ ਬਈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਮੈਂ ਉਸ ਰਾਜ ਦੀ ਗੱਲ ਕਰਦਾ, ਉਸ ਰਾਜ ਦਾ ਪੱਖ ਕਰਦਾ। ਖਾਲਿਸਤਾਨ ਦੇ ਬਾਰੇ 'ਚ ਜੀ ਸਾਡੇ ਫਾਦਰ ਸਾਹਿਬ ਮਦਰ ਦੀ ਕੁਰਬਾਨੀ ਹੋ ਗਈ, ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿ ਦਈਏ? ਮੈਂ ਅਪੀਲ ਕਰਦਾ ਜੀ ਬਈ ਸਾਰੇ ਆਪਣੀਆਂ ਵੋਟਾਂ ਮਨਾਉਣ, ਜਿੰਨੇ ਵੀ ਹੈਗੇ ਆ ਸਿੱਖ, ਆਪਣੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਤੇ ਆਪਾਂ ਲੜਾਂਗੇ। ਐਸ ਜੀ ਪੀ ਸੀ ਦੇ ਖਬਰਾਂ ਰਿਹਾ ਕੇ ਆ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ, ਕੁਝ ਫੇਕ ਵੀ ਬਣਾਈਆਂ ਜਾ ਰਹੀਆਂ, ਕੱਲ ਇੱਕ ਦੋ ਚੱਲ ਨਹੀਂ ਸੈ ਉਹ ਦੂਜੀਆਂ ਦੀਆਂ ਤਾਂ ਮੋਨੇ ਬੰਦਾ ਤਾਂ ਪਾ ਹੀ ਨਹੀਂ ਸਕਦਾ ਜੀ, ਫਿਰ ਸਿੱਖਾਂ ਦੀਆਂ ਹੀ ਬਣ ਲਈਆਂ, ਉਹ ਤਾਂ ਬਣ ਸਕਦੀਆਂ ਹੀ ਸਿੱਖਾਂ ਦੀਆਂ ਵੋਟਾਂ। ਚਲੋ ਵੀ ਕਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਵੀ ਆਪਾਂ ਗੁਰਦੁਆਰਾ ਸੁਧਾਰ ਲਈ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਲੜਨੀਆਂ, ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ, ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ, ਜੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਯੋਗ ਉਮੀਦਵਾਰਾਂ ਨੂੰ ਚੁਣ ਕੇ, ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ, ਤੇ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ, ਤੇ ਮੇਰੇ ਖਿਆਲ ਸਾਰੇ ਉਹਨਾਂ ਦਾ ਸਹਿਯੋਗ ਕਰਨਗੇ, ਤੇ ਸਾਰੇ ਉਹ ਜਿੱਤ ਕੇ ਆਉਣਗੇ, ਤੇ ਆਪੇ ਸਾਰੇ ਪ੍ਰਬੰਧ ਵੋਟ ਆ ਉਹ 28 ਲੱਖ ਆ ਗਈ, ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਹਾਂਜੀ ਬਾਹਰ ਚਲੇ ਗਏ ਜੀ, ਘਟਣ ਦਾ ਕਾਰਨ ਇਹ ਮੰਨਦੇ ਜਾਂ ਸਿੱਖੀ ਨਾਲ ਟੁੱਟ ਚੁੱਕੇ? ਨਹੀਂ, ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ, ਪਰ ਸਾਡੇ 'ਚ ਅਵੇਸਲਾਪਣ, ਅਣਗਹਿਲੀ ਸਾਡੇ ਜਿਹੜੇ ਨਾ, ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇੰਨੇ ਬੜਾ ਟਾਈਮ ਵਧਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਕਿ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ, ਤਾਂ ਮੇਰੇ ਖਿਆਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਗਿਣਤੀ। ਨਹੀਂ, ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ, ਇਕੱਠੇ ਹੋਣ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ, ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵੱਖਰੀ ਵੱਖਰੀ ਲਤੀਫੂਰੇ ਲੱਗਾ ਵਾ, ਕਿਸਾਨਾਂ ਦਾ ਲੱਗਾ ਵਾ, ਸਾਰੀ ਜਗ੍ਹਾ 'ਤੇ ਜੋ ਵੀ ਹੋ ਰਿਹਾ ਵਾ, ਇਸ ਸਾਡੇ ਵਾਸਤੇ ਵੀ ਇੱਕ ਬੜਾ ਵੱਡਾ ਚੈਲੰਜ ਵੀ ਆ, ਸਾਡੇ ਵਾਸਤੇ ਬੜੀ ਦੁੱਖ ਵੀ ਆ ਕਿ ਅਸੀਂ ਛੋਟੀ ਜਿਹੀ ਕੌਮ ਇਹਨੇ ਧੜਿਆਂ 'ਚ ਵੰਡੀ ਹੋਈ ਆ, ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਹੀ ਆ ਸੰਗਤਾਂ ਨੂੰ ਅਪੀਲ ਕਰ ਰਹੇ, ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਹੀ ਕੋਈ ਇਹ ਸਾਨੂੰ ਇਨਸਾਫ਼ ਹੀ ਮਿਲ ਸਕਦਾ, ਅਤੇ ਸਾਡੀ ਕੌਮ ਦੀ ਚੜ੍ਹਦੀ ਕਲਾ ਵੀ ਹੋ ਸਕਦੀ। ਜਿਹੜੀ ਇਲੈਕਸ਼ਨ ਲੜੀ ਜਾਊਗੀ, ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਦੀ, ਜਿੱਦਾਂ ਜਾਂ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ? ਹਾਂ, ਇੱਕ ਬਣਾਵਾਂਗੇ ਜੀ, ਬਿਲਕੁਲ, ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ 'ਤੇ ਉਸਦੇ ਵਿੱਚ ਕਮੇਟੀ ਬਣਾਵਾਂਗੀ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ, ਫਿਰ ਸਾਂਝੇ ਤੌਰ 'ਤੇ ਸਾਰਾ ਕੁਛ ਕਰਕੇ ਫਿਰ ਅਸੀਂ ਯੋਗ, ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋਗ ਕੈਂਡੀਡੇਟਸ ਨੂੰ ਮੌਕਾ ਦੇਵਾਂਗੇ। ਤੁਸੀਂ SGPC ਦੀ ਚੋਣਾਂ ਲਈ ਹੋਗੇ ਕਿ ਅਗਲੀ ਵੀ ਰਾਜਨੀਤੀ ਵੀ ਜਦੋਂ? ਪਹਿਲਾਂ ਤਾਂ SGPC ਦੀ ਆਉਣਗੀਆਂ ਜੀ, ਉਹ ਤਾਂ 27 ਦੇ ਵਿੱਚ ਹੈ, ਉਹਨਾਂ ਨੂੰ ਤਾਂ ਬਹੁਤ ਟਾਈਮ ਹੈ। ਨਹੀਂ, ਉਹ ਤਾਂ ਕਮੇਟੀ ਤਾਂ ਮੌਕੇ 'ਤੇ ਹੀ ਬਣੇਗੀ ਨਾ ਜੀ, ਕਮੇਟੀ ਹੁਣ ਥੋੜ੍ਹੀ ਬਣੇਗੀ 27 ਦੀਆਂ ਇਲੈਕਸ਼ਨਾਂ ਵਾਸਤੇ, ਹੁਣ ਤਾਂ ਸ਼੍ਰੋਮਣੀ ਕਮੇਟੀ
ਉਹ ਮੌਕੇ 'ਤੇ ਦੇਖਾਂਗੇ ਜੀ, ਪਾਰਟੀ ਤਾਂ ਨਹੀਂ, ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ, ਜੇ ਪਾਰਟੀ ਨੂੰ ਕਹਿਣਗੀਆਂ ਪਾਰਟੀ ਬਣਾ ਲਵਾਂਗੇ, ਨਹੀਂ ਕਮੇਟੀ ਤਾਂ ਬਣਾਉਣੀ ਹੈ। ਨਹੀਂ ਸਾਡਾ ਉਹ ਪਿੱਛੇ ਦਿੱਤਾ ਜੀ, ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ, ਮੈਂ ਮਰ ਜਾਊਂਗਾ, ਮੈਂ ਇਹ ਹੋ ਜਾਊਗਾ, ਉਹਦਾ ਕਿਹੜਾ ਕੋਈ ਸਟੈਂਡ ਹੈ ਜੀ। ਹੁਣ ਬੀਜੇਪੀ 'ਚ ਚਲੇ ਗਿਆ, ਹੁਣ ਕਹਿੰਦਾ ਛੱਡ ਦਿਓ, ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਹੈ, ਹੁਣ ਉਹ ਕਾਤਲ ਨਹੀਂ ਦਾਦੇ ਦੇ, ਇਹਦਾ ਕੋਈ ਸਟੈਂਡ ਥੋੜ੍ਹੀ ਹੈ ਜੀ। ਇਹ ਤਾਂ ਸਿਆਸੀ ਬੰਦੇ ਹੈ, ਇਹ ਤਾਂ ਜਿਹੜੀ ਪਾਰਟੀ ਵੱਲ ਹੁੰਦੀ ਆ ਉਹੀ ਗੱਲ ਆ, ਉੱਧਰ ਦੀ ਗੱਲ ਉਹੀ ਜੀ, ਜਿਹੋ ਜਿਹਾ ਉੱਪਰੋਂ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਦੇ ਹਾਂ। ਹਾਂਜੀ ਸਾਰਾ ਜੀ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ, ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਹੈ, ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅੰਮ੍ਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਹਾਂ, ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹਾਂ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਉਣ, ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਵੇਂ ਬਣਾਉਣੀ ਚਾਹੀਦੀ ਹੈ, ਆਪਾਂ ਅੰਮ੍ਰਿਤਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਹਾਂ, ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ। ਆਹੀ ਹੈ ਜੀ ਬਈ, ਇੱਕ ਤਾਂ ਸਾਡਾ ਉਹਦੇ ਸਨਮਾਨ ਕੀਤਾ ਸੀ ਇਹ, ਅਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰੱਖਣ ਪੁੰਨਿਆ ਦੀ ਪੰਥਕ ਇਕੱਤਰਤਾ ਹੈ, ਉਹਦਾ ਸੁਨੇਹਾ ਦੇਣਾ ਹੈ ਕੌਮ ਨੂੰ ਵੀ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ, ਅਤੇ ਉਹਨੂੰ ਆਪਾਂ ਕਾਮਯਾਬ ਤਾਂ ਹੋ ਹੀ ਜਾਣਾ ਵੀ ਹੋਰ ਵੀ ਅਸੀਂ ਵੱਡਾ ਇਕੱਠ ਕਰੀਏ। ਹਾਂਜੀ ਨਹੀਂ ਜੀ, ਸਾਡਾ ਕੋਈ ਰਾਬਤਾ ਨਹੀਂ ਹੈ, ਕੋਈ ਰਾਬਤਾ ਨਹੀਂ ਸਾਡਾ, ਕੋਈ ਰਾਬਤਾ ਨਹੀਂ। ਅਸੀਂ ਦੇਖੋ ਹੁਣ ਮੈਂ MP ਬਣਿਆ ਹੈ, ਸਾਨੂੰ ਰੁਝੇਵੇਂ ਜ਼ਿਆਦਾ ਹੋ ਗਏ ਹਲੇ, ਹਾਲੇ ਪਹਿਲਾਂ ਤਾਂ ਸਾਨੂੰ ਇਸੇ ਗੱਲ ਤੋਂ ਇੰਨੀ ਟਾਈਮ ਮਿਲਦਾ ਵੀ ਅਸੀਂ ਅੰਮ੍ਰਿਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ, ਮੀਟਿੰਗ ਕਰਨੀ ਹੈ, ਕੀ ਕਰਨਾ ਹੈ, ਪਿੰਡਾਂ ਬਣਾ ਰਹੇ ਨਹੀਂ, ਅਸੀਂ ਬਣਾਵਾਂਗੇ ਜੀ। ਹੁਣ ਅਸੀਂ ਤਾਂ ਲੋਕਾਂ ਨੂੰ, ਮੈਂ ਤਾਂ ਇਕੱਲੇ ਇਕੱਲੇ ਪਿੰਡ ਚ ਸੁਨੇਹਾ ਦਿੱਤਾ ਸੀ, ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ, ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾਤਾ ਪਾਰਲੀਮੈਂਟ ਦੇ ਵਿੱਚ, ਮੈਂ ਦੋ ਇੱਕ ਮਹਾਰਾਜ ਦੀ ਬੇਅਦਬੀ ਦਾ ਕਿਹਾ ਸੀ ਵੀ ਇਹਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ 3 ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਇਆ ਆਪਣਾ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ,
ਅਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਬਣਾਵਾਂਗੇ। ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਬਈ ਫਿਰ ਕਮੇਟੀ ਬਣਾਓ। ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ, ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ। ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ, ਇੱਕ ਨਸ਼ਿਆਂ ਦੇ ਖਿਲਾਫ਼ ਕੰਮ ਕਰੂਗੀ। ਹਾਂਜੀ ਉਹ ਸਾਰੇ ਹੋਣਗੇ ਜੀ, ਇਹ ਮੁੱਖ ਮੁੱਦੇ ਹੀ ਹੈ ਜੀ। ਜਿਹੜਾ ਨਸ਼ਿਆਂ ਦਾ ਮੁੱਦਾ ਵਾ ਇਹ ਵੀ ਬੜਾ ਮੁੱਖ ਆ ਸਾਡੇ ਵਾਸਤੇ, ਸਾਡੀ ਨੌਜਵਾਨੀ ਵਾਸਤੇ ਹੈ। ਇਹ ਜੇ ਬੰਦੀ ਸਿੰਘਾਂ ਦਾ ਮੁੱਦਾ ਵਾ ਤਾਂ ਉਹ ਵੀ ਪ੍ਰਮੁੱਖ ਮੁੱਦਾ ਵਾ, ਜੇ ਬੇਅਦਬੀ ਵਾਲਾ ਤਾਂ ਇਹ ਵੀ ਪ੍ਰਮੁੱਖ ਮੁੱਦਾ ਵਾ, ਜੇ ਸਾਡੇ ਕਿਸਾਨਾਂ ਦਾ ਤਾਂ ਇਹ ਵੀ ਪ੍ਰਮੁੱਖ ਮੁੱਦੇ ਹੈ। ਇਹ ਸਾਰੇ ਚੀਜ਼ਾਂ ਮੁੱਦੇ 'ਤੇ ਹਰੇਕ ਫਰੰਟ 'ਤੇ ਤਾਂ ਪੰਜਾਬ ਨਾਲ ਧੱਕਾ ਹੁੰਦਾ ਹੈ ਜੀ। ਹੱਲ ਤਾਂ ਕੋਈ ਹੈ ਨਹੀਂ ਕਿਸੇ ਵੀ ਗੱਲ ਦਾ, ਫਿਰ ਮੁੱਦੇ ਸਾਰੇ ਪ੍ਰਮੁੱਖ ਹੀ ਹੈ ਜੀ। ਸਿੱਧਾ ਕਿੱਥੋਂ ਨਿਕਲੂਗਾ ਜੀ? ਇਹੋ ਹੀ ਚਾਹ ਰਹੇ ਹਾਂ ਨਾ ਕਿ ਹੁਣ ਅਸੀਂ ਸ਼੍ਰੋਮਣੀ ਕਮੇਟੀ 'ਚ ਚੰਗੇ ਲੋਕਾਂ ਨੂੰ ਲਿਆਈਏ ਅਤੇ ਉਹ ਇਸ ਚੀਜ਼ ਦੇ ਜਿਹੜਾ ਇੱਕ ਜਿਹੜੀ ਸਾਡੀ ਵੱਡੀ ਵੱਡੀ ਸੰਸਥਾ ਵਾ ਉਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ। ਬੇਅਦਬੀਆਂ ਵਾਲਾ ਮਸਲਾ, ਹੋਰ ਜਿਹੜੇ ਮਸਲੇ, ਉਹ ਪਹਿਲਾਂ ਸ਼੍ਰੋਮਣੀ ਕਮੇਟੀ ਇਹਨਾਂ 'ਤੇ ਲੜਦੀ ਰਹੀ ਆ ਸਰਕਾਰਾਂ ਨਾਲ, ਅਕਾਲੀ ਦਲ ਲੜਦਾ ਰਿਹਾ, ਹੁਣ ਉਹ ਦੋਵੇਂ ਤਰ੍ਹਾਂ ਜਿਹੜੀਆਂ ਕਿ ਦੋਵੇਂ ਜਿਹੜੀਆਂ ਸੰਸਥਾਵਾਂ ਸਾਡੀਆਂ ਉਹ ਬਹੁਤ ਉਹਨਾਂ ਨੂੰ ਨੀਵੇਂ ਪੱਧਰ 'ਤੇ ਚਲੇ ਗਈ, ਉਹ ਨਹੀਂ ਕਰ ਰਹੀਆਂ। ਉਹਦੇ ਵਾਸਤੇ ਸਾਡਾ ਪਹਿਲਾਂ ਤਾਂ ਸਭ ਤੋਂ ਪਹਿਲੀ ਪਹਿਲ ਸਾਡੀ ਸ਼੍ਰੋਮਣੀ ਕਮੇਟੀ ਦੇ ਵੋਟਾਂ ਬਣਾਉਣ ਦੀ, ਅਤੇ ਉਹਦੇ 'ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ, ਅਤੇ ਕਾਫੀ ਹੱਦ ਤੱਕ ਸਾਡੇ ਜਿੱਦਣ ਸ਼੍ਰੋਮਣੀ ਕਮੇਟੀ ਦੇ ਚੰਗੇ ਲੋਕ ਲੀਡਰ ਬੈਠ ਜਾਣਗੇ, ਉਹ ਉਦੋਂ ਹੀ ਸਾਡੇ ਕਾਫੀ ਮਸਲੇ 'ਤੇ ਹੱਲ ਹੋ ਜਾਣਦੀਆਂ। ਵੱਖਰੀ ਵੱਖਰੀ ਸੋਚ ਹੈ, ਵੱਖਰੇ ਵੱਖਰੇ ਧੜੇ ਆ, ਸਾਰੀ ਇੱਕ ਸੋਚ ਨਹੀਂ। ਇਹ ਚੀਜ਼ ਹੈ ਕਿ ਅਸੀਂ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ। ਉਹਦੇ 'ਚ ਜੇ ਕੋਈ ਬੰਦਾ ਉਹ ਤੋਂ ਭੱਜਦਾ ਹੋਊਗਾ ਤਾਂ ਉਹ ਆਪਣੇ ਸੰਗਤਾਂ ਨੂੰ ਵੀ ਉਹ ਚੀਜ਼ ਪਤਾ ਲੱਗ ਜੂਗੀ ਨਾ ਕਿ ਹਾਂਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇੱਕ ਤਾਂ, ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ। ਅਸੀਂ ਤਾਂ ਪੰਥ ਨੂੰ ਮੁੱਖ ਰੱਖ ਕੇ ਜੋ ਵੀ ਲੜਾਈ, ਅਸੀਂ ਤਾਂ ਕੋਈ ਨਹੀਂ, ਸਾਰੀ ਗੱਲ ਮੂਹਰੇ ਰੱਖਾਂਗੇ ਲੋਕਾਂ ਦੇ, ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ਪਲੀ ਓਪਨ ਬੁੱਕ ਵਾਲਾ ਕੰਮ ਕਰਾਂਗੇ ਵੀ ਕੋਈ ਇਹਦੇ ਵਿੱਚ ਅਸੀਂ ਵਿੰਗ ਬਲ ਨਹੀਂ ਰੱਖਣਾ। ਮੈਂ ਤਾਂ ਹੀ ਦਿੰਦਾ ਜੀ ਬਈ ਉੱਥੇ ਸਾਡੇ ਪਹੁੰਚੋ ਆਪਣਾ, ਅਤੇ ਆਪਾਂ ਉੱਥੇ ਵਿਚਾਰਾਂ ਕਰੀਏ ਬਈ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ।